ਨਾਮ ਬਲਜੋਤ ਕੌਰ ਹੈ ਜੀ। ਮੈਂ ਪਿੰਡ ਬਰਨਾਲਾ ਤੋਂ ਆਈ ਹਾਂ। ਅੱਜ ਮੈਂ ਵੀਰ ਜੀ ਦੇ ਘਰ ਆਈ ਹਾਂ ਅਤੇ ਰੱਖੜੀ ਦੇ ਟਾਈਮ, ਅਤੇ ਵੀਰ ਜੀ ਤੋਂ ਸਾਡੇ ਵਿੱਚ ਨਹੀਂ ਆ, ਪਰ ਵੀਰ ਜੀ ਦੀਆਂ ਯਾਦਾਂ ਅਤੇ ਵੀਰ ਜੀ ਹਮੇਸ਼ਾ ਸਾਡੇ ਦਿਲ ਵਿੱਚ ਨੇ, ਹਮੇਸ਼ਾ ਅਮਰ ਨੇ। ਵੀਰ ਜੀ ਨੂੰ ਅਤੇ ਰੱਖੜੀ ਦੇ ਟਾਈਮ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ। ਵੀਰ ਜੀ ਜਦ ਵੀ ਸਾਡੇ ਪਿੰਡ ਆਉਂਦੇ ਸੀ ਬਹੁਤ ਹੀ ਖੁਸ਼, ਬਹੁਤ ਹੀ ਮੱਲਾ ਮਾਰਦੇ ਸਨ। ਬਚਪਨ ਵਿੱਚ ਵੀਰ ਜੀ ਸਾਡੇ ਪਿੰਡ ਹੀ ਪੜ੍ਹਾਈ ਕਰਦੇ ਸਨ, ਉਹਨਾਂ ਦੀ ਮਾਸੀ ਜੀ ਸਾਡੇ ਪਿੰਡ ਸਨ। ਬਹੁਤ ਹੀ ਇੰਜੋਏ ਕੀਤਾ ਸਾਡੇ ਘਰ ਆਉਂਦੇ, ਮਾਸੀ ਜੀ ਦੇ ਘਰ ਆਉਂਦੇ, ਮਾਸੀ ਦੇ ਘਰ ਜ਼ਿਆਦਾ ਉਹਨਾਂ ਨੇ ਆਉਣਾ ਸੀ ਜਾਣਾ, ਬਹੁਤ ਹੀ ਖੁਸ਼ੀ ਮਿਲਦੀ ਸੀ। ਅੱਜ ਵੀ ਪਰ ਵੀਰ ਜੀ ਨਹੀਂ ਸਾਡੇ ਵਿੱਚ ਹਨ, ਪਰ ਸਾਨੂੰ ਉੰਨੀ ਖੁਸ਼ੀ ਹੈ ਉਹਨਾਂ ਨੂੰ ਦੇਖ ਕੇ, ਉਹਨਾਂ ਦਾ ਰੁਤਬਾ ਦੇਖ ਕੇ। ਵੀਰ ਜੀ ਹਮੇਸ਼ਾ ਅਮਰ ਨੇ। ਹਾਂਜੀ, ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ, ਬਹੁਤ ਟਾਈਮ ਹੋ ਚੁੱਕਾ ਹੈ ਪਰ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ, ਪਰ ਅਸੀਂ ਸਾਰੇ ਨਾਲ ਹਾਂ। ਪਰਿਵਾਰ ਨੂੰ ਇਨਸਾਫ ਜਲਦੀ ਤੋਂ ਜਲਦੀ ਮਿਲਣਾ ਚਾਹੀਦਾ, ਸਾਰੀ ਦੁਨੀਆ ਨਾਲ ਹੈ। ਸਿੱਧੂ ਦੀ ਵੀਰ ਜੀ ਦਾ ਸੁਆ ਬਹੁਤ ਹੀ ਜ਼ਿਆਦਾ ਚੰਗਾ ਸੀ ਵੀਰ ਜੀ, ਨਾ ਕੋਈ ਹੰਕਾਰ ਵਾਲੇ ਪਰਸਨ ਸੀ, ਕੁਛ ਵੀ ਨਹੀਂ ਸੀ, ਸਭ ਕੁਛ ਵਧੀਆ ਸੀ ਵੀਰ ਜੀ ਦਾ। ਇੱਧਰ ਆਉਣ ਦਾ ਜੀ, ਅੱਜ ਰੱਖੜੀ ਵੀ ਆ, ਬਟ ਇਮੋਸ਼ਨਲ ਆ ਥੋੜ੍ਹਾ ਜੀ। ਸਾਰੀਆਂ ਭੈਣਾਂ ਲਈ ਉਹ ਇੱਕ ਵੀਰ ਹੀ ਸੀਗਾ ਨਾ, ਸਾਰੇ ਉਹਨੂੰ ਉਹਦਾ ਭਰਾ ਸਮਝਦੇ ਆ ਨਾ, ਵੀ ਸਾਡਾ ਇੱਕ ਜਿਵੇਂ ਇੱਕ ਘਰ 'ਚ ਕਰਦਾ ਇਨਸਾਨ ਚਲਾ ਗਿਆ, ਸਾਰੇ ਨੂੰ ਅੱਜ ਵੀ ਸਾਨੂੰ ਉਹਦੀ ਗੱਲ ਕਰਕੇ ਇਹੀ ਫੀਲ ਹੁੰਦਾ ਵੀ ਜਿਵੇਂ ਸਾਡੇ ਘਰ ਦਾ ਚਲਾ। ਕੀ ਚੰਗਾ ਲੱਗਦਾ ਸੀ ਸਿੱਧੂ ਦੇ ਵਿੱਚ? ਸਿੱਧੂ ਦਾ ਆਪਣੇ ਪੇਰੈਂਟਸ ਲਈ ਇੰਨੀ ਰਿਸਪੈਕਟ, ਇੰਨਾ ਪਿਆਰ, ਇੰਨਾ ਰਿਗਾਰਡ, ਹਰ ਚੀਜ਼ 'ਚ ਉਹਦੇ ਪੇਰੈਂਟਸ ਨੂੰ ਅੱਗੇ ਰੱਖਦਾ ਸੀ। ਇਨਸਾਫ ਨੂੰ ਲੈ ਕੇ ਕੀ ਕਹੋਗੇ? ਪਰਿਵਾਰ ਲਗਾਤਾਰ ਮੰਗ ਕਰ ਰਿਹਾ। ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਵੀ ਉਹਨੂੰ ਇਨਸਾਫ ਮਿਲ ਜਾਵੇ, ਅਤੇ ਜੋ ਵੀ ਉਹਦੇ ਕਤਲ ਨੇ ਉਹ ਸਾਰੇ ਫੜੇ ਜਾਣ, ਅਤੇ ਉਹਦੇ ਮਾਂ ਬਾਪ ਨੂੰ, ਮਤਲਬ ਜਿਹਨਾਂ ਨੂੰ ਉਹ ਚੀਜ਼ ਚਾਹੀਦੀ ਹੈ ਨਾ ਸੰਤੁਸ਼ਟੀ, ਉਹ ਮਿਲ ਸਕੇ, ਬਸ ਉਹਨਾਂ ਨੂੰ ਇਨਸਾਫ ਮਿਲ ਜਾਵੇ, ਪੁੱਤ ਤਾਂ ਮਿਲ ਨਹੀਂ ਸਕਦਾ।